ਸਤ ਸ੍ਰੀ ਅਕਾਲ ਸਾਰਿਆਂ ਨੂੰ ਵਿਦਿਆਰਥੀਆਂ ਦੇ ਲਈ ਖੁਸ਼ਖਬਰੀ 2500 ਤੋਂ ਲੈ ਕੇ 13500 ਰੁਪਏ ਮਿਲਣਗੇ ਫਾਰਮ ਕਿਹੜਾ ਭਰਨਾ ਹੈ ਕਿਹੜੇ ਬੱਚਿਆਂ ਨੂੰ ਮਿਲਣਗੇ ਸਾਰੀ ਜਾਣਕਾਰੀ ਹੈ ਜਿਹੜੀ ਦੇਣ ਜਾ ਰਹੇ ਹਾਂ ਤਾਂ ਪੰਜਾਬ ਸਰਕਾਰ ਨੇ ਇਸ ਦੀ ਕੋਸ਼ਿਸ਼ ਹੈ ਜਿਹੜੀ ਕਰ ਦਿੱਤੀ ਹੈ ਨੋਟੀਫਿਕੇਸ਼ਨ ਅਖਬਾਰ ਦੇ ਵਿੱਚ ਆ ਚੁੱਕਿਆ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਤਾਂ ਇਸ ਦੇ ਵਿੱਚ ਕੁੱਲ 93 ਲੱਖ ਵਿਦਿਆਰਥੀ ਸ਼ਾਮਲ ਕੀਤੇ ਗਏ ਨੇ ਤਾਂ ਫਾਰਮ ਕਿਹੜਾ ਭਰਨਾ ਹੈ ਕਿਹੜੇ-ਕਿਹੜੇ ਬੱਚੇ ਫਾਰਮ ਭਰ ਸਕਦੇ ਨੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਸਾਲ 2022-23 ਦੇ ਲਈ ਐਸਸੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਉੱਚ ਸਿੱਖਿਆ ਅਧਿਐਨ ਲਈ ਅਨੁਸੂਚਿਤ ਜਾਤੀ ਵਰਗ ਦੇ 69 ਲੱਖ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਨ ਦੀ ਕੋਸ਼ਿਸ਼ਾ ਕੀਤੀ ਹੈ ਪਾਤਰਤਾ ਤੁਹਾਨੂੰ ਦੱਸਦੇ ਆ ਮਾਤਾ ਪਿਤਾ ਦੀ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਮਾਨਤਾ ਪ੍ਰਾਪਤ ਸਕੂਲਾਂ ਅਤੇ ਕਾਲਜਾਂ ਦੇ ਕੋਰਸ ਵਾਲੇ ਵਿਦਿਆਰਥੀ ਜਿਹੜਾ ਇਸ ਸਕੀਮ ਦਾ ਲਾਭ ਹੈ ਉਹ ਲੈ ਸਕਦੇ ਨੇ ਕਾਰਜ ਖੇਤਰ ਤਾਂ ਦੱਸ ਦਈਏ ਕਲਾਸ 11ਵੀਂ ਤੋਂ ਬਾਅਦ ਵਾਲੇ ਸਾਰੇ ਮਾਨਤਾ ਪ੍ਰਾਪਤ ਕੋਰਸ ਲਾਭਪਾਤਰੀਆਂ ਦੀ ਚੋਣ ਸੂਬਾ ਸਰਕਾਰਾਂ ਕੇਂਦਰ ਸਾਸਤ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਸਭ ਤੋਂ ਗਰੀਬ ਪਰਿਵਾਰਾਂ ਨੂੰ ਪੈ ਲੈ ਜਿਹੜੀ ਉਹ ਦਿੱਤੀ ਜਾਵੇਗੀ ਹੱਕਦਾਰੀ ਤੁਹਾਨੂੰ ਦੱਸਦੇ ਇਸ ਦੇ ਵਿੱਚ ਜ਼ਰੂਰੀ ਜਿਹੜਾ ਇਸ ਦੇ ਵਿੱਚ ਨਾਮ ਮੋੜਨ ਯੋਗ ਫੀਸ ਟਿਊਸ਼ਨ ਫੀਸ ਸਮੇਤ ਇਸ ਤੋਂ ਇਲਾਵਾ 2500 ਰੁਪਏ ਤੋਂ ਲੈ ਕੇ 13500 ਰੁਪਏ ਅਕਾਡੈਮਿਕ ਪੱਤਾ ਜਿਹੜਾ ਉਹ ਦਿੱਤਾ ਜਾਵੇਗਾ ਦਿਵਿਆਂਗ ਵਿਦਿਆਰਥੀਆਂ ਵਿਸ਼ੇਸ਼ ਤੌਰ ਤੇ ਸਮਰੱਥ ਦੇ ਲਈ 10% ਵਾਧੂ ਪੱਤਾ ਜਿਹੜਾ ਉਹ ਦਿੱਤਾ ਜਾਵੇਗਾ ਜਿਹੜੇ ਦਿਵਿਆਂਗ ਵਿਦਿਆਰਥੀ ਨੇ ਤਾਂ ਉਹਨਾਂ ਲਈ ਅਲੱਗ ਤੋਂ 10% ਹੈ ਜਿਹੜਾ ਉਹ ਵਾਧੂ ਪੱਤਾ ਇਹਦੇ ਵਿੱਚ ਰੱਖਿਆ ਗਿਆ ਵਿਦਿਆਰਥੀਆਂ ਨੂੰ ਆਪਣੇ ਸੂਬਾ ਸਕਾਲਰਸ਼ਿਪ ਪੋਰਟਲ ਤੇ ਅਵੈਦਨ ਹੈ ਜਿਹੜਾ ਉਹ ਕਰਨਾ ਹੋਵੇਗਾ ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਉਸ ਲਿੰਕ ਤੇ ਜਾ ਕੇ ਜਿਹੜਾ ਫਾਰਮ ਹੈ ਉਹ ਭਰ ਸਕਦੇ ਨੇ ਇਹ ਬੱਚੇ ਇਸ ਤੋਂ ਇਲਾਵਾ ਵਿਦਿਆਰਥੀ ਕੋਲ ਵੈਧ ਮੋਬਾਈਲ ਨੰਬਰ ਆਧਾਰ ਨੰਬਰ ਇਸ ਤੋਂ ਇਲਾਵਾ ਆਧਾਰ ਨਾਲ ਜੁੜਿਆ ਬੈਂਕ ਖਾਤਾ ਆਮਦਨ ਸਰਟੀਫਿਕੇਟ ਅਤੇ ਜਾਤੀ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਜਿਹੜਾ ਫਾਰਮ ਹੈ ਉਹ ਤੁਹਾਨੂੰ ਆਨਲਾਈਨ ਹੀ ਭਰਨਾ ਪਵੇਗਾ ਸਾਈਟ ਹੈ ਜਿਹੜੀ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਹੋਈ ਹੈ ਫਾਰਮ ਭਰਨ ਤੋਂ ਬਾਅਦ ਜਿਹੜਾ ਬੈਂਕ ਖਾਤਾ ਤੁਸੀਂ ਨਾਲ ਅਟੈਚ ਕਰੋਗੇ ਤਾਂ ਉਸ ਬੈਂਕ ਖਾਤੇ ਦੇ ਵਿੱਚ ਹੀ ਪੈਸੇ ਜਿਹੜੇ ਉਹ ਟਰਾਂਸਫਰ ਕੀਤੇ ਜਾਣਗੇ ਫਿਲਹਾਲ ਤੁਹਾਡੇ ਲਈ ਹੀ ਜਾਣਕਾਰੀ ਲੈ ਕੇ ਸੀ ਤੁਹਾਡਾ ਧੰਨਵਾਦ